ਤੇ ਲਓ ਬਾਈ ਫਾਈਨਲੀ ਬੈਠ ਗਏ ਆ ਸੀਟਾਂ ਤੇ ਆ ਗਏ ਤੇ ਵਿੰਡੋ ਸੀਟ ਕੋਲ ਵਾਈਫਾਈ ਆ ਤਾਂ ਕਿੱਥੇ ਰਹੇ ਬਾਈ ਆਪਾਂ ਹਰਿਆਣੇ ਤੋਂ ਆਏ ਹਾਂ ਹਰਿਆਣੇ ਤੋਂ ਆਇਆ ਬਾਈ ਚੱਲਿਆ ਉੱਥੇ ਡਿਊਟੀ ਸੀ ਦੀਪਕ ਕਿੱਥੇ ਆ ਆਪਣੀ ਵਾਲੀ ਕੰਪਨੀ 'ਚ ਆਏ ਬਾਈ ਇੱਧਰ ਤੇ ਲਓ ਬਾਈ ਚੈੱਕ ਕਰੋ ਬਾਹਰ ਦਾ ਨਜ਼ਾਰਾ ਜਹਾਜ਼ ਦੇ ਵਿੱਚੋਂ ਐਂ ਵਿੰਗ ਦੇ ਕੋਲ ਬੈਠੇ ਹਾਂ ਜਹਾਜ਼ 'ਤੇ ਅਤੇ ਸਵਾਰੀਆਂ ਬਾਈ ਬੈਠ ਰਹੀਆਂ ਜੀ ਅਤੇ ਆਪਣੀ ਸੀਟ ਦੇ ਮੂਹਰੇ ਪਾਇਆ ਸਮਾਨ ਇੰਸਟਰਕਸ਼ਨ ਕਾਰਡ ਜੇ ਦਿੱਤੇ ਹੋਏ ਇਹਨਾਂ ਨੇ ਅਤੇ ਦੋ ਕਾਰਡ ਦੇ ਵਿੱਚ ਇੱਧਰ ਇੱਕ ਮੈਗਜ਼ੀਨ ਪਾਈ ਆ ਇਹਦੇ 'ਚ ਜਹਾਜ਼ ਪੂਰਾ ਠੰਡਾ ਕਰਿਆ ਹੋਇਆ ਬਾਈ ਸ਼ੀਲਡ ਉਹ ਦੇਖੋ ਉੱਪਰ ਧੂੰਆਂ ਨਿਕਲਦਾ ਠੰਡਾ ਠੰਡਾ ਏ ਸੀ ਉਸੀ ਲੱਗੇ ਹੋਏ ਹਨ ਪੂਰੇ ਅਤੇ ਉੱਪਰ ਬਟਨ ਲਾਏ ਹੋਏ ਆ ਏਅਰ ਹੋਸਟੇਸ ਨੂੰ ਬੁਲਾਉਣਾ ਕੁਛ ਚਾਹੀਦਾ ਲਾਈਟਾਂ ਵਾਸਤੇ ਅਤੇ ਇੱਧਰ ਇੱਕ ਬਾਈ ਆਪਣੇ ਨਾਲ ਆ ਬੈਠਣ ਲੱਗੇ ਜਹਾਜ਼ ਤੁਰਨ ਲੱਗਿਆ ਆਪਣਾ ਬੈਕ ਹੋ ਰਿਹਾ ਤੇ ਸਾਰੀਆਂ ਇੰਸਟਰਕਸ਼ਨ ਜਿਹੀਆਂ ਦੇ ਦਿੱਤੀਆਂ ਇਹਨਾਂ ਨੇ ਏਅਰ ਹੋਸਟੇਸ ਨੇ ਆਪਣੀਆਂ ਬੈਲਟਾਂ ਬੁਲਟਾਂ ਲਾ ਲਓ ਵਿੱਚ ਸੀਟ ਆਪਣੀਆਂ ਲਾਈਫ ਜੈਕਟਾਂ ਵੀ ਪਈਆਂ ਸੀਟਾਂ ਵਿੱਚ ਅਤੇ ਬਸ ਨਿਕਲਣ ਦੀ ਤਿਆਰੀ 'ਚ ਬੈਕ ਹੋ ਰਿਹਾ ਹੌਲੀ ਹੌਲੀ ਰਨ ਵੇ 'ਤੇ ਜਾਊਂਗਾ ਹੁਣ ਲਓ ਬਾਈ ਇੰਜਨ ਫੜ ਲਿਆ ਸਪੀਡ ਜੀ ਆਉਣ ਲੱਗ ਗਿਆ ਤੇਜ਼ ਫਾਈਨਲੀ ਉਡਾਨ ਭਰਨ ਲੱਗੇ ਆ ਇੱਕ ਵਾਰੀ ਨਾ ਇੱਧਰੋਂ ਮੁੜ ਕੇ ਜਾਊਂਗਾ ਇਹ ਰਨਵੇ ਛੋਟਾ ਹੀ ਬਣਾਇਆ ਹੋਇਆ ਇਹਨਾਂ ਨੇ ਅਤੇ ਹੁਣ ਫੜੂ ਸਪੀਡ ਘੁੰਮ ਗਿਆ ਪੂਰਾ ਹੈ ਨਾ ਟੇਕ ਆਫ ਆਉਣ ਲੱਗਿਆ ਇੱਧਰ ਬਾਈ ਨੇ ਵੀਡੀਓ ਵੀ ਬਹੁਤ ਬਣਾਈ ਰਹੀ ਹੈ ਸਪੀਡ ਵਧਾ ਨਹੀਂ ਰਿਹਾ ਬਾਈ ਡਰਾਈਵਰ ਹੌਲੀ ਹੌਲੀ ਵਧਾਓ ਇਹ ਤਾਂ ਯਾਰ ਫੇਰ ਮੁੜ ਗਿਆ ਹੱਥੀ ਗੇੜੇ 'ਤੇ ਕੱਢਦਾ ਫਿਰੀ ਜਾਂਦਾ ਦੂਜੀ ਵਾਰੀ ਮੁੜਨ ਲੱਗਿਆ ਇਹ ਮੁੜ ਰਿਹਾ ਦੇ ਕੇ ਮੁੜਾ ਦਾ ਰਸਤਾ ਰੁਸਤਾ ਪਤਾ ਵੀ ਹੈ ਇਹਨਾਂ ਨੂੰ ਇਹ ਮੁੜਾ ਦਾ ਪੂਰੀ ਉਡਾਨ ਭਰਾਗਾ ਫੋਨ ਨਾ ਕਾਟੀਏ ਦੂਜੀ ਵਾਰ ਮੁੜਿਆ ਬਈ ਪਹਿਲਾਂ ਵਿੱਚ ਨੂੰ ਸਪੀਡ ਜੀ ਫੜ ਲੈਂਦਾ ਫਿਰ ਮੁੜ ਜਾਂਦਾ ਅੱਗੇ ਦਵਾ ਕੇ ਜਿਹੜੇ ਵਿੰਗ ਆ ਬਾਈ ਉਹ ਚੈੱਕ ਕਰ ਰਿਹਾ ਪਾਇਲਟ ਉੱਪਰ ਥੱਲੇ ਹੁੰਦੇ ਹੋਏ ਦੇਖੇ ਹੋਣੇ ਤੁਸੀਂ ਹੁਣ
ਖਿੱਚੂ ਕੰਮ ਪੂਰਾ ਇਹ ਹੁਣ ਲੱਗਦਾ ਤਿਆਰੀ 'ਚ ਹੈ ਬਾਈ ਇੱਕ ਵਾਰ ਹੋਇਆ ਪਤਾ ਨਾ ਲਓ ਬਾਈ ਉੱਪਰਲੀਆਂ ਹਵਾਵਾਂ ਚ ਹੋ ਗਿਆ ਜਾ ਸਾਡਾ ਉਹ ਦੇਖੋ ਬਾਈ ਨਜ਼ਾਰਾ ਥੱਲੇ ਦਾ ਉਹ ਦੇਖੋ ਟੇਢਾ ਹੋ ਰਿਹਾ ਪੂਰਾ ਉਹ ਬੱਦਲਾਂ ਚ ਆ ਗਏ ਬਾਈ ਓਏ ਬੱਦਲਾਂ ਚ ਆ ਗਏ ਬਾਈ ਆ ਗਏ ਉੱਪਰ ਆ ਗਏ ਯਾਰ ਛਾਤੀ ਜਾ ਗੁਰੇ ਤਾਂ ਇੰਜ ਨਹੀਂ ਨਿਕਲਦੇ ਉੱਦਾਂ ਹੋ ਰਿਹਾ ਕਰੀਬ 4 ਵੱਜ ਗਏ ਉਹੀ 40-45 ਪਰ ਤੁਰੀ ਆਪਣੀ ਫਲਾਈਟ ਮੂਹਰੇ ਤੇ ਦੇਖੋ ਬਾਈ ਪਲੇਨ ਸਾਰਾ ਚੱਕ ਹੋਇਆ ਵੇ ਪਿੱਛੇ ਤੇ ਟੇਢਾ ਹੋਇਆ ਵੇ ਐਨ ਉੱਪਰ ਨੂੰ ਜਾ ਰਿਹਾ ਜੀ ਤੇ ਬਾਹਰ ਦੇਖੋ ਬਾਈ ਐਨ ਕੁਛ ਨਹੀਂ ਦਿਖ ਰਿਹਾ ਧੁੰਦੇ ਧੁੰਦੇ ਬੱਦਲੇ ਬੱਦਲ ਲਓ ਬਾਈ ਐਨ ਬੱਦਲਾਂ 'ਚ ਪਹੁੰਚ ਗਏ ਆਪਾਂ ਥੱਲੇ ਹੁਣ ਜਮੀ ਵਿਜੀਬਿਲਿਟੀ ਘੱਟ ਗਈ ਹੈ ਜਮੀ ਅਤੇ ਲਾਈਟਾਂ ਦੁਬਾਰਾ ਬਾਲਦੀਆਂ ਬਾਈ ਪਹਿਲਾਂ ਬੰਦ ਹੋ ਗਈਆਂ ਤੀਆਂ ਅਤੇ 35,000 ਫੁੱਟ ਦੀ ਉਚਾਈ ਪਰ ਆ ਗਏ ਆਪਾਂ ਕਹਿੰਦੇ ਬਾਈ ਨੀਚੇ ਜਮੀ ਥੋੜ੍ਹਾ ਥੋੜ੍ਹਾ ਦੇਖ ਰਹੇ ਹਾਂ ਦੁਕਾਨ ਮਕਾਨ ਜੇ ਸੜਕਾਂ ਸੜਕਾਂ ਹੀ ਆ ਬਾਈ ਬਾਥਰੂਮ ਗਿਆ ਪਿੱਛੇ ਮੈਂ ਕਿਹਾ ਵੀਡੀਓ ਬਣਾ ਦੀ ਇੱਕ ਅਤੇ ਬਾਈ ਥੋੜ੍ਹੇ ਥੋੜ੍ਹੇ ਚੱਕਰ ਜਿਹੇ ਆ ਰਹੇ ਹੈ ਨਾ ਜਿਵੇਂ ਜਿਵੇਂ ਉੱਪਰ ਜਾਈ ਜਾਂਦਾ ਇਹ ਜਿਵੇਂ ਚੱਕਰ ਜਿਹੇ ਆਉਂਦੇ ਹੁੰਦੇ ਉੱਦਾਂ ਹੋ ਰਿਹਾ ਅਤੇ ਬਾਕੀ ਐਨ ਸਮੂਥ ਚੱਲ ਰਿਹਾ ਪਲੇਨ ਬਾਈ ਨੇ ਔਡਰ ਕਰਿਆ ਮੈਗੀ 400 ਰੁਪਏ ਮਿਲੀ 400 ਦੀ ਮੈਗੀ ਆ ਕੋਕ ਨਾਲ ਫਰੀ ਹੈ ਅਤੇ ਕੋਈ ਵੀ ਜੂਸ ਜੂਸ ਲੈਂਦੇ ਹਾਂ ਨਾਲ ਫਰੀ ਹੈ ਬਾਈ ਕਿਵੇਂ ਆ ਸ਼ਾਮ ਨੂੰ ਬੱਦਲ ਦੇਖੋ ਬਾਈ ਉੱਪਰ ਦੇ ਕਿੰਨਾ ਵਧੀਆ ਲੱਗਦਾ ਅਤੇ ਨੀਚਲੀ ਸਾਈਡ ਦੇਖੋ ਪਹਾੜੇ ਪਹਾੜ ਰੇਤਾ ਹੀ ਰੇਤਾ ਅੱਡੇ ਅੱਡੇ ਚਟਾਨਾਂ ਬਣੀ ਹੋਈ ਨੀਚੇ ਲਓ ਬਾਈ ਦੇਖੋ ਸਮੁੰਦਰ ਆ ਗਿਆ ਨੀਚੇ ਰੇਗਿਸਤਾਨ ਹੋ ਗਿਆ ਖਤਮ ਸਾਰੇ ਪਾਸੇ ਪਾਣੀ ਪਾਣੀ ਦੇਖੂਗਾ
7 ਵਜਣੇ ਵਾਲੇ ਆ ਬਾਈ, ਉੱਥੋਂ ਤੁਰੇ ਤੇ ਆਪਾਂ 4:40-45 ਤੇ ਤੁਰੇ ਤੇ ਲੈਂਡਿੰਗ ਦੀ ਤਿਆਰੀਆਂ ਹੋ ਰਹੀਆਂ ਮੇਰੇ ਹਿਸਾਬ ਨਾਲ। ਦੇਖ ਲਓ ਤੁਸੀਂ ਸਮੁੰਦਰ ਆ ਬਾਹਰ ਸਾਰਾ, ਪਹਿਲਾਂ ਸਾਰਾ ਹੀ ਰੇਗਿਸਤਾਨ ਲੱਗ ਕੇ ਗਿਆ। ਅਤੇ ਬਾਈ ਤੁਹਾਨੂੰ ਅੱਜ ਜਹਾਜ਼ ਦੇ ਫੰਕਸ਼ਨ ਦਿਖਾਉਂਦੇ ਹਾਂ, ਕਿਆ ਗਿਆ ਅੰਦਰ ਦੇ ਜਹਾਜ਼ ਦੇ। ਆਹ ਮੈਗਜ਼ੀਨਾਂ ਦਿੱਤੀਆਂ ਵੀ ਆ, ਆਹ ਖਾਣ ਪੀਣ ਵਾਸਤੇ ਦਿੱਤਾ ਗਿਆ, ਤੁਸੀਂ ਰੱਖ ਕੇ ਖਾ ਪੀ ਸਕਦੇ ਹੋ। ਅਤੇ ਉੱਪਰ ਆ ਜਾਂਦੇ ਹਾਂ, ਉੱਪਰ ਆਹ ਬਟਨ ਹੈਗਾ ਏਅਰ ਹੋਸਟੇਸ ਨੂੰ ਜੇ ਬੁਲਾਉਣਾ ਹੋਵੇ, ਅਤੇ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਪ੍ਰੋਬਲਮ ਆਉਂਦੀ ਆ ਤੁਸੀਂ ਉਹਨੂੰ ਦੱਸ ਸਕਦੇ ਏਅਰ ਹੋਸਟੇਸ ਨੂੰ। ਅਤੇ ਆਹ ਬਟਨ ਦਿੱਤੇ ਜ਼ਿਆਦਾ ਲਾਈਟ ਵਾਸਤੇ, ਤੁਹਾਨੂੰ ਲਾਈਟ ਘੱਟ ਲੱਗ ਰਹੀ ਹੈ ਕੁਛ ਪੜ੍ਹਨਾ ਹੈ ਨਾ, ਇਹ ਬਟਨ ਦਾ ਫਿਰ ਤੁਸੀਂ ਲਾਈਟ ਬਾਲ ਸਕਦੇ। ਆਹ ਇਹਦੇ 'ਚ ਫੈਨ ਆਨ ਹੁੰਦਾ ਅਤੇ ਹਵਾ ਆਉਂਦੀ ਹੈ ਇਹਨਾਂ ਵਿੱਚੋਂ, ਇਹਨੂੰ ਘੁਮਾਏ 'ਤੇ ਖੁੱਲ ਜਾਂਦਾ ਹੈ, ਘੁਮਾਏ 'ਤੇ ਬੰਦ ਹੋ ਜਾਂਦਾ। ਅਤੇ ਆਹ ਬਟਨ ਦਿੱਤਾ ਵੀ ਇੱਧਰ ਏਅਰ ਮਾਸਕ ਹੁੰਦੇ ਜਿਹੜੇ ਬਣੇ, ਜੇ ਕੋਈ ਪ੍ਰੋਬਲਮ ਆਉਂਦੀ ਹੈ ਨਾ ਜਹਾਜ਼ 'ਚ ਤਾਂ ਇਹਨੂੰ ਦੱਬ ਕੇ ਮਾਸਕ ਨਿਕਲੇ ਆਉਂਦੇ। ਲਓ ਬਾਈ ਪਹੁੰਚ ਗਏ ਦੁਬਈ, ਲੈਂਡ ਹੋਣ ਵਾਲਾ ਪਲੇਨ। ਉਹ ਦੇਖੋ ਬਿਲਡਿੰਗਾਂ ਲੱਗ ਗਈਆਂ ਦੀਆਂ, ਦੇਖ ਲਓ ਬਾਈ ਦੁਬਈ ਥੱਲੇ ਨੇ, ਉੱਪਰੋਂ ਦਿਖਾ ਦਿੰਦੇ ਹਾਂ ਤੁਹਾਨੂੰ। ਵੈਸੇ ਹਰਿਆਲੀ ਤਾਂ ਹੈਗੀ ਦੁਬਈ 'ਚ ਥੋੜ੍ਹੀ ਬਹੁਤੀ, ਉਹ ਦਰਖਤ ਦਰੁਖਤ ਲੱਗੇ ਹੋਏ ਆ ਕਾਫੀ ਜਗ੍ਹਾ 'ਤੇ, ਅਤੇ ਵਿੱਚ ਵਿੱਚ ਆ ਸਾਰਾ ਰੇਗਿਸਤਾਨ ਆ ਜਿਹੜਾ ਦੇਖ ਲਓ, ਵਿੱਚ ਆ ਸਾਰਾ ਰੇਗਿਸਤਾਨ ਜਿਹੜਾ ਦਿਖ ਰਿਹਾ ਤੁਹਾਨੂੰ, ਅਤੇ ਵਿੱਚ ਰੇਗਿਸਤਾਨ ਦੇ ਥੋੜ੍ਹੀ ਥੋੜ੍ਹੀਆਂ ਝਾੜੀ ਝਾੜੀ ਜਿਹੀਆਂ ਹੁੰਦੀਆਂ ਜਿਵੇਂ ਉੱਦਾਂ ਲੱਗੀਆਂ ਹੋਈਆਂ, ਕੈਕਟਸ ਜਿਹੇ ਉੱਗ ਜਾਂਦੇ ਕੰਢੇ ਵਾਲੇ ਨਾ ਉਸ ਤਰ੍ਹਾਂ ਉੱਗ ਜਾਵੇ। ਬਾਕੀ ਏਅਰਪੋਰਟ ਆਪਣਾ ਨੇੜੇ ਆ, ਲੈਂਡਿੰਗ ਹੋਣ ਜਾ ਰਹੀ ਹੈ ਆਪਣੀ।